ਨੇਤਾ ਜੀ ਮਾਡਲ ਸਕੂਲ ਵਿਖੇ ਐਨੂਅਲ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਜੋ ਕਿ 21 ਤਰੀਕ ਸ਼ਾਮ 4 ਤੋਂ 10 ਵਜੇ ਤੱਕ ਚੱਲੇਗਾ। ਇਸ ਮੌਕੇ ਸਕੂਲ ਦੇ ਡਾਇਰੈਕਟਰ VP ਸੈਣੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਡਾ 40ਵਾਂ ਫੰਕਸ਼ਨ ਹੈ ਜੋ ਕਿ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਨੇਤਾ ਜੀ ਮਾਡਲ ਸਕੂਲ ਪੜ੍ਹਾਈ ਦੇ ਖੇਤਰ ਵਿੱਚ ਕਾਫ਼ੀ ਵੱਡੀਆਂ ਮੱਲਾਂ ਮਾਰ ਚੁੱਕਾ ਹੈ ਜਿਸ ਦੀ ਪੂਰੇ ਇਲਾਕੇ ਵਿੱਚ ਪਹਿਚਾਣ ਹੈ। ਆਓ ਕਰਦੇ ਹਾਂ ਗੱਲਬਾਤ ਡਾਇਰੈਕਟਰ VP ਸੈਣੀ ਨਾਲ। ਹੈਲੋ ਦੋਸਤੋ, ਇਸ ਵਕਤ ਅਸੀਂ ਖੜ੍ਹੇ ਹਾਂ ਨੇਤਾ ਜੀ ਮਾਡਲ ਸਕੂਲ ਦੇ ਵਿੱਚ ਜੋ ਰੋਪੜ ਦੇ ਵਿੱਚ ਬਹੁਤ ਹੀ ਮਸ਼ਹੂਰ ਸਕੂਲ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਵਿੱਦਿਆ ਦੇ ਖੇਤਰ ਦੇ ਵਿੱਚ ਕਾਫ਼ੀ ਮੱਲਾਂ ਮਾਰ ਚੁੱਕਿਆ। ਸਾਡੇ ਨਾਲ ਇਸ ਵਕਤ ਸਕੂਲ ਦੇ ਡਾਇਰੈਕਟਰ VP ਸੈਣੀ ਜੀ ਸਨ ਅਤੇ ਗੱਲਬਾਤ ਕਰਾਂਗੇ। ਸੇਠ ਸਾਹਿਬ, ਤੁਹਾਡਾ ਜਿਹੜਾ ਕੱਲ੍ਹ ਐਨੂਅਲ ਫੰਕਸ਼ਨ ਹੋ ਰਿਹਾ, ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ, ਕੀ ਹੋ ਰਿਹਾ? ਇਹ ਸਕੂਲ ਦਾ 40ਵਾਂ ਪ੍ਰੋਗਰਾਮ ਹੈ। ਸਕੂਲ ਨੂੰ 40 ਸਾਲ ਹੋ ਗਏ ਨੇ ਔਰ ਇਹ ਦੇਸ਼ ਭਗਤੀ ਦਾ ਪ੍ਰੋਗਰਾਮ ਹੋਏਗਾ ਜੋ ਕਿ ਭਾਰਤ ਮਾਤਾ ਦੀ ਆਰਤੀ ਨਾਲ ਸਟਾਰਟ ਹੋਏਗਾ। 400 ਤੋਂ ਜ਼ਿਆਦਾ ਬੱਚੇ ਜੋ ਹੈ ਇਸ ਪ੍ਰੋਗਰਾਮ 'ਚ ਪਾਰਟੀਸਪੇਟ ਕਰਨਗੇ ਔਰ ਘੱਟੋ ਘੱਟ 600 ਪ੍ਰਾਈਜ਼ ਜਿਹੜਾ ਹੈ ਉਹ ਅਲੱਗ ਅਲੱਗ ਬੱਚਿਆਂ ਨੂੰ ਦਿੱਤੇ ਜਾਣਗੇ। ਕਿਉਂਕਿ ਸਾਡੇ ਸਕੂਲ ਦੇ 10 ਬੱਚੇ ਨੇ ਨੈਸ਼ਨਲ ਲੈਵਲ 'ਤੇ ਸਪੋਰਟਸ ਅਵਾਰਡ ਜਿੱਤੇ ਹੈ, 40 ਬੱਚੇ ਸਟੇਟ ਲੈਵਲ 'ਤੇ ਹੈ, CBSE ਦੇ ਵਿੱਚ 95%, 94% ਜਿਨ੍ਹਾਂ ਬੱਚਿਆਂ ਨੇ ਅੱਛੀਆਂ ਮੱਲਾਂ ਮਾਰੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ। ਪ੍ਰੋਗਰਾਮ ਹੈ ਕਦੋਂ ਚਾਲੂ ਹੋਊਗਾ ਅਤੇ ਕਦੋਂ ਖਤਮ? ਇਹ ਸਕੂਲ ਦਾ ਪ੍ਰੋਗਰਾਮ 5:30 ਵਜੇ ਸ਼ੁਰੂ ਹੋਏਗਾ ਅਤੇ ਅੰਦਾਜ਼ਨ 10 ਵਜੇ ਬੰਦ ਹੋਏਗਾ, 10 ਵਜੇ ਤੱਕ ਚੱਲੇਗਾ ਜੀ। ਇਸ ਤਰ੍ਹਾਂ ਪੇਰੈਂਟਸ ਤੋਂ ਇਲਾਵਾ ਵੀ ਹੋਰ ਕੋਈ ਇਸ ਤਰ੍ਹਾਂ ਦੀ ਕੋਈ ਹਸਤੀ ਇੱਥੇ ਆ ਰਹੀ ਹੈ? ਹਾਂ, ਆ ਰਹੇ ਨੇ ਸ਼੍ਰੀ SS ਸੈਨੀ ਆ ਰਹੇ ਨੇ, ਸ਼੍ਰੀ IPS ਚੱਡਾ ਆ ਰਹੇ ਨੇ, ਡਾਕਟਰ ਪਾਨੂ ਪ੍ਰਤਾਪ ਸਿੰਘ ਉਹ ਆ ਰਹੇ ਨੇ, ਡਾਕਟਰ MB ਸ਼ਰਮਾ ਪਟਿਆਲਾ ਤੋਂ ਆ ਰਹੇ ਨੇ, ਕੁਛ ਹੋਰ ਹਸਤੀਆਂ ਵੀ ਆ ਰਹੀਆਂ ਨੇ ਜਿਹੜੇ ਕਿ ਸਾਡੇ ਪ੍ਰੈਜ਼ੀਡੈਂਟ ਦੇ ਮੈਂਬਰਸ ਹੋਣਗੇ। ਕੋਈ ਮੈਸੇਜ ਦੇਣਾ ਚਾਹੁੰਦੇ? ਸਾਰਿਆਂ ਨੂੰ ਬੇਨਤੀ ਹੈ ਕਿ ਜੋ ਲੋਕ ਇੰਟਰਸਟਿਡ ਨੇ ਇੱਕ ਦੇਸ਼ ਭਗਤੀ ਦੇ ਪ੍ਰੋਗਰਾਮ ਦੇਖਣ ਦੇ ਵਿੱਚ, ਦੇ ਆਰ ਵੈਲਕਮ ਹੈ। ਔਰ ਅਸੀਂ ਬੱਚਿਆਂ ਦੇ ਰਾਹੀਂ ਇੱਕ ਸਪੈਸ਼ਲ ਮੈਸੇਜ, ਜਿਸ ਇਜ਼ ਨੋਟ ਸਿੰਪਲੀ ਅ ਕਲਚਰ ਪ੍ਰੋਗਰਾਮ, ਸਾਡਾ ਜਿਹੜਾ ਮੋਸਟਲੀ ਪ੍ਰੋਗਰਾਮ ਹੋਏਗਾ ਉਹ ਦੇਸ਼ ਭਗਤੀ ਦਾ ਪ੍ਰੋਗਰਾਮ ਹੋਏਗਾ, ਥੋਟ ਪ੍ਰੋਵੋਕਿੰਗ ਪ੍ਰੋਗਰਾਮ ਹੋਏਗਾ। ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਸਮਾਜ ਨੂੰ ਅਤੇ ਬੱਚਿਆਂ ਨੂੰ ਇੱਕ ਸੇਧ ਦੇਣਾ ਚਾਹੁੰਦੇ ਹਾਂ ਜਿਹਦਾ ਕਿ ਬੇਸਿਕ ਮੁੱਦਾ ਹੋਏਗਾ ਦੇਸ਼ ਭਗਤੀ ਦਾ ਅਤੇ ਸਮਾਜ ਸੇਵਾ ਦਾ। ਥੈਂਕ ਯੂ ਸਰ। ਇਹ ਸਨ VP ਸੈਣੀ ਜੀ, ਜਿਨ੍ਹਾਂ ਨੇ ਸਾਨੂੰ ਗੱਲਬਾਤ ਦੌਰਾਨ ਦੱਸਿਆ ਕਿ ਜਿਹੜਾ ਐਨੂਅਲ ਫੰਕਸ਼ਨ ਜਿਹੜਾ ਕੱਲ੍ਹ ਕਰਾਇਆ ਜਾ ਰਿਹਾ ਹੈ, ਜਿਸ ਦਾ ਸਾਰਾ ਸਿੱਧਾ ਪ੍ਰਸਾਰਣ ਜਿਹੜਾ ਲਾਈਵ ਪ੍ਰਸਾਰਣ ਰੋਪੜ TV 1 'ਤੇ ਦਿਖਾਇਆ ਜਾਵੇਗਾ, ਇਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਇੱਕ ਪ੍ਰੋਗਰਾਮ ਦੇ ਰਾਹੀਂ ਇੱਕ ਦੇਸ਼ ਨੂੰ ਜਾਂ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਜਾਵੇਗਾ, ਜਿਹਦੇ ਵਿੱਚ ਜਿੰਨੇ ਵੀ ਲੱਖ ਵੱਖ ਵੱਖ ਜਿਹੜੀਆਂ ਝਲਕੀਆਂ ਹੋਵੇਗੀਆਂ ਜਾਂ ਪ੍ਰੋਗਰਾਮ ਹੋਣਗੇ ਉਹ ਸਾਰੇ ਹੀ ਇੱਕ ਅਲੱਗ ਸੰਦੇਸ਼ ਜਿਹੜਾ ਹੈ ਲੋਕਾਂ ਨੂੰ ਦੇਣਗੇ। ਧੰਨਵਾਦ ਜੀ। ਮੈਂ ਸ਼ਮਸ਼ੀਰ ਬੱਗਾ, ਕੈਮਰਾਮੈਨ ਆਕਾਸ਼ ਦੇ ਨਾਲ।